ਐਕਟ ਦੇ ਨਹੀਂ ਸਾਰੇ ਜੋ ਰੋਜ਼ ਇੱਥੇ ਐਕਸੀਡੈਂਟ ਹੋ ਕੇ ਗਾਵਾਂ ਮਰਦੀਆਂ ਸੜਕ 'ਤੇ ਨੇੜੇ ਬਿਆਸ ਡੇਰੇ ਦੇ ਸਾਰਿਆਂ ਦੇ ਧਿਆਨ 'ਚ ਹੋਊਗਾ। ਇੱਥੇ ਹਰ ਹਫ਼ਤੇ ਦੂਜੇ ਤੀਜੇ ਦਿਨ ਗਾਂ ਮਰੀ ਪਈ ਹੁੰਦੀ ਆ ਐਕਸੀਡੈਂਟ ਹੋ ਗਏ, ਚਾਹੇ ਇਹ ਗੁੱਜਰ ਬੈਠੇ ਇੱਧਰੋਂ ਡੱਕਰ ਦੇ ਚਾਹੇ ਉੱਧਰੋਂ ਆ ਗਈਆਂ ਵਿਚਾਰਿਆਂ ਨੂੰ ਪਤਾ ਨਹੀਂ ਲੱਗਦਾ ਗਾ। ਸਾਰਾ ਨਗਰ ਸਾਡਾ ਇਕੱਤਰ ਹੋ ਕੇ ਗਾਵਾਂ ਨੂੰ ਫੜਨ ਲੱਗਾ ਸੀ ਗਊਸ਼ਾਲਾ ਵਿੱਚ ਪਹੁੰਚਾਉਣ ਨੂੰ, ਜਿਹੜਾ 'ਚੋਂ ਫੜਦੀ ਹੋਈ ਇੱਕ ਗਾਂ ਜਿਵੇਂ ਮੁੰਡੇ ਨੇ ਦੱਸਿਆ ਵੀ ਉੱਧਰ ਗਈ ਆ, ਇਹ ਮੌਕੇ 'ਤੇ ਇਹੀ ਸੀਗੇ ਮੁੰਡੇ ਨਾਲ, ਮੈਂ ਤਾਂ ਬਾਅਦ 'ਚ ਆਇਆ। ਗਾਂ ਇਹ ਉੱਧਰੋਂ ਮੋੜਨ ਗਏ ਫੜਨ ਗਏ ਆ, ਇਹਨਾਂ ਨੇ ਕੁਛ ਨਹੀਂ ਕੀਤਾ ਗੁੱਜਰਾਂ ਦਾ, ਇਹਨਾਂ ਦਾ ਸੁਣਿਆ ਗਾ ਗੱਲਬਾਤ, ਗੁੱਜਰ ਇਹਨਾਂ ਨੂੰ ਸਿੱਧੇ ਟੁੱਟ ਕੇ ਪੈ ਗਏ, ਜਿਹਦੇ ਵਿੱਚ ਦੋ ਬੱਚੇ ਆਪਣੇ ਦੋਵਾਂ ਹਸਪਤਾਲ, ਦੋ ਮੁੰਡੇ ਸਾਡੇ ਦਾਖਲ ਆ ਜੀ। ਅਸੀਂ ਇਹੀ ਜਾਣੇ ਵੀ ਕਾਰਵਾਈ ਬਣਦੀ ਠੋਕ ਕੇ ਕੀਤੀ ਜਾਵੇ ਇਹਨਾਂ 'ਤੇ, ਜਿਹੜੀ ਧਾਰਾ ਲੱਗਦੀ ਆ ਉਹ ਧਾਰਾ ਲਾਈ ਜਾਵੇ। ਬਟ ਜਿਹੜੇ ਇਹ ਆਪਣਾ ਸੜਕਾਂ 'ਤੇ ਮੱਝਾਂ ਦੋ ਦੋ ਤਿੰਨ 300 ਲਈ ਫਿਰਦੇ ਆ, ਕੋਈ ਐਮਰਜੈਂਸੀ ਸਾਡੇ ਬੰਦਾ ਕੋਈ ਮਰੀਜ਼ ਕੋਈ ਕਿਸੇ ਨੂੰ ਨਿਕਲਣਾ ਪੈ ਜਾਵੇ, ਮੈਂ ਇਹਦੇ ਨਾਲ ਖੁਦ ਹੋਈ ਆ, ਮੈਂ ਪੌਣਾ ਘੰਟਾ ਇਹਨਾਂ ਦੇ ਜਾਮ 'ਚ ਖੜਾ ਰਿਹਾ ਮੱਝਾਂ ਦੇ। ਐਸਐਚਓ ਸਾਹਿਬ ਨੇ ਸਾਡੀ ਵਧੀਆ ਗੱਲ ਸੁਣੀ ਆ, ਸਾਰਾ ਉਹਨਾਂ ਨੇ ਧਿਆਨ 'ਚ ਉਹਨਾਂ ਦੇ ਲਿਆਂਦਾ, ਉਹਦੇ ਵੀ ਬਣਦੀ ਕਾਰਵਾਈ ਪੂਰੀ ਠੋਕ ਕੇ ਕਰਾਂਗੇ। ਹਾਂ, ਅਤੇ ਉਹ ਹੁਣ ਬਿਆਨ ਲੈਣ ਗਏ ਆ ਹਸਪਤਾਲ, ਅਤੇ ਇੱਕ ਜਦੋਂ ਵੀ ਇਹ ਮੇਨ ਐਂਟਰੀ 'ਚ, ਮੈਂ ਅੱਗੇ ਵੀ ਕਈ ਵਾਰੀ ਸ਼ਾਇਦ ਵੀਡੀਓ ਕਿਸੇ ਨੇ ਦੇਖਿਆ ਹੁਣ ਪਾਉਂਦਾ ਰਹਿੰਦਾ ਵਾਂ, ਮੇਨ ਐਂਟਰੀ 'ਤੇ ਗਾਵਾਂ ਆਹ ਜਿੰਨੀਆਂ ਵੀ ਜਾਂਦੀਆਂ ਵਾਂ ਇਹਨਾਂ ਦੀਆਂ ਮੱਝਾਂ, ਫੋਸ ਇੰਨਾ ਕਰ ਦਿੰਦੀਆਂ ਵੀ ਕਿਸੇ ਤੋਂ ਲੰਘਿਆ ਨਹੀਂ ਜਾਂਦਾ, ਸੜਕ ਕਾਲੀ ਤੋਂ ਹਰੀ ਕੀਤੀ ਪਈ ਹੁੰਦੀ ਇਹਨਾਂ ਦੀ ਗੋਹਾ ਸੈੱਟ ਸੈੱਟ, 200-200 ਮੱਝ ਜਾਂਦੀ, 300-300 ਮੱਝ ਜਾਂਦੀ ਆ, ਜਿਹਦੇ ਵਿੱਚੋਂ 10-15 ਮੱਝਾਂ ਹਰ ਵਕਤ ਫੋਸ ਕਰਦੀਆਂ ਹੀ ਜਾਂਦੀਆਂ। ਆਮ ਰਾਹਗੀਰ ਨੂੰ ਲੰਘਣਾ ਔਖਾ ਹੋਇਆ ਵਿਆ, ਇਹ ਪਹਿਲੀ ਗੱਲ, ਇੱਥੇ ਨਹੀਂ ਸਾਰੇ ਪੰਜਾਬ ਦੇ ਵਿੱਚ ਰੋਡ 'ਤੇ ਕਿਸੇ ਗੁੱਜਰ ਦੀ ਮੱਝ ਨਹੀਂ ਫਿਰਨੀ ਚਾਹੀਦੀ, ਇਹ ਨਾ ਤਾਂ ਕੋਈ ਕਾਨੂੰਨ ਹੀ ਆ ਇਹ ਵੀ ਆਪਾਂ ਆਪਦਾ ਭਲਾ, ਕੋਈ ਜ਼ਿਮੀਂਦਾਰ ਵਾਸਤੇ ਵੀ ਪਿੱਛੇ ਜਿਹਨਾਂ ਨੇ ਰੋਕ ਲਾਤੀ ਸੀਗੀ ਵੀ ਕੋਈ ਜ਼ਿਮੀਂਦਾਰ ਮੱਝ ਨਾ ਸੜਕ 'ਤੇ ਲੰਘਾਵੇ। ਇਹ ਜੀ ਰੌਲਾ ਇਹ ਆ, ਅਸੀਂ ਗਾਈਆਂ ਸਾਡੇ ਖੇਤਾਂ 'ਚ ਕਰਦੀਆਂ ਸੀ ਤੰਗ, ਅਸੀਂ ਗਊਸ਼ਾਲਾ ਨਾਲ ਨਾਲ ਗੱਲ ਕੀਤੀ ਸੀ, ਉਹ ਸਾਨੂੰ ਕਹਿੰਦੇ ਵੀ ਤੁਸੀਂ ਗਾਈਆਂ ਸਾਨੂੰ ਫੜ ਕੇ ਦੇ ਦਿਓ, ਅਸੀਂ ਗਊਸ਼ਾਲਾ ਲੈ ਜਾਂਦੇ ਹਾਂ, ਇੱਥੇ ਸੜਕ 'ਤੇ ਐਕਸੀਡੈਂਟ ਹੁੰਦੇ ਆ ਗਾਈਆਂ ਦੇ ਵੱਜ ਵੱਜ, ਅਸੀਂ ਉਹ ਗਾਈਆਂ ਫੜ ਕੇ ਅਸੀਂ ਗਊਸ਼ਾਲਾ ਵਾਲਿਆਂ ਨੂੰ ਸੱਦਿਆ ਸੀ, ਉਹਨਾਂ ਨੂੰ ਅਸੀਂ ਫੜਾਉਂਦੇ ਸੀ ਗਾਈਆਂ, ਉਹ ਗਾਂ ਇੱਕ ਦੇ ਢਿੱਡ ਨੂੰ ਰੱਸਾ ਪੈ ਗਿਆ ਅਤੇ ਉਹ ਗਾਂ ਭੱਜ ਤੁਰੀ ਸਾਡੇ ਤੋਂ, ਅਸੀਂ ਉਹਦੇ ਮਗਰ ਸੀ ਗਾਂ ਦੇ, ਅਸੀਂ ਉਹ ਗਾਂ ਫੜਦੇ ਸੀ, ਉਹ ਕਿਤੇ ਗੁੱਜਰਾਂ ਦੇ ਪਸ਼ੂਆਂ ਦੇ ਵਿੱਚ ਦੀ ਗਾਂ ਲੰਘ ਗਈ, ਅਸੀਂ ਜਦੋਂ ਉਹਦੇ ਮਗਰ ਗਏ ਗਾਂ ਦੇ, ਉੱਥੋਂ ਨਾ ਉਹਨਾਂ ਦੇ ਬੁੜੀਆਂ ਨੂੰ ਗਾਲਾਂ ਕੱਢਣ ਲੱਗ ਗਈਆਂ ਵੀ ਤੁਸੀਂ ਸਾਡੇ ਪਸ਼ੂਆਂ 'ਚ ਵਾੜੀ ਫਿਰਦੇ ਹਾਂ ਵੀ ਇਹਨਾਂ ਨੂੰ ਫੜੋ, ਅਸੀਂ ਆਖਿਆ ਵੀ ਅਸੀਂ ਇਹਨਾਂ ਨੂੰ ਫੜੀ ਇੰਨਾ ਹੀ ਗਊਸ਼ਾਲਾ ਲੈ ਕੇ ਜਾਣੀਆਂ ਵਾ, ਉਹਨਾਂ ਦੇ ਕੁਛ ਦੋ ਤਿੰਨ ਗਾਈਆਂ ਉਹਨਾਂ ਦੇ ਪਸ਼ੂਆਂ 'ਚ ਬੈਠੀਆਂ ਸੀ, ਉਹ ਕਹਿੰਦੇ ਵੀ ਸਾਡੇ ਵਾਲੀਆਂ ਵੀ ਤੁਸੀਂ ਫੜ ਕੇ ਲੈ ਜਾਓ, ਅਸੀਂ ਆਖਿਆ ਤੁਸੀਂ ਫੜ ਕੇ ਸਾਨੂੰ ਇਹ ਦੇ ਦਿਓ ਪਸ਼ੂਆਂ 'ਚ ਵੀ ਕੱਲ੍ਹ ਨੂੰ ਕੋਈ ਗੱਲਬਾਤ ਹੋਵੇ, ਅਸੀਂ ਉਹਨਾਂ ਨੂੰ ਫੜਨ ਨੂੰ ਕਹਿ ਤਾ ਜੀ, ਆਖਿਆ ਗਊਸ਼ਾਲਾ ਵਾਲੇ ਸੱਦੇ ਆ ਵੀ ਅਸੀਂ ਉਹਨਾਂ ਨੂੰ ਫੜਾ ਦਿੰਦੇ ਹਾਂ ਗਾਈਆਂ, ਹੁਣ ਤਾਂ ਸੱਦੇ ਆ, ਇੰਨੀ ਗੱਲ ਹੋਈ ਅਤੇ ਉੱਧਰੋਂ ਉਹਨਾਂ ਦੇ ਬੰਦੇ ਆ ਗਏ, ਉਹਨਾਂ ਕੋਲ ਡਾਂਗਾ ਸੀ, ਉਹਨਾਂ ਨੇ ਡਾਂਗਾ ਮਾਰਨ ਲੱਗ ਗਏ, ਬੁੜੀਆਂ ਰੋੜੇ ਚਲਾਉਣ ਲੱਗੀਆਂ, ਦੋ ਬੰਦੇ ਦਾ ਸਾਡੇ ਇੱਕ ਬੰਦੇ ਨੂੰ ਤੋਂ ਚੱਕ ਕੇ ਲੈ ਗਏ ਸੀ ਅੰਦਰ, ਉੱਥੋਂ ਅੰਦਰੋਂ ਲੈ ਕੇ ਆ ਤਾਂ ਉਹਨੂੰ ਅਸੀਂ ਕੱਢ ਕੇ ਪਿੰਡੋਂ, ਅਸੀਂ ਆਪਦੇ ਪਿੰਡ ਆਵਾਜ਼ ਦਵਾਈ ਵੀ ਆਹ ਗੱਲ ਹੋ ਗਈ ਵੀ ਗਾਈਆਂ ਆਪਣੇ ਪਿੰਡ ਵਾਲੇ ਫੜਦੇ ਸੀਗੇ ਗਊਸ਼ਾਲਾ ਨੂੰ ਫੜਾਉਣੀਆਂ ਸੀ, ਉਹਨਾਂ ਨੂੰ ਜਦੋਂ ਅਸੀਂ ਪਿੰਡੋਂ ਸੱਦੇ ਉਦੋਂ ਅਸੀਂ ਉਹਨਾਂ ਨੂੰ ਪਿੰਡ ਦੇ ਬੰਦੇ ਆਏ ਸਾਡੇ ਮੋਹ ਦੁਆਰ, ਉਹਨਾਂ ਨੂੰ ਲੈ ਕੇ ਅਸੀਂ ਉੱਥੋਂ ਬੰਦਿਆਂ ਨੂੰ ਕੱਢ ਕੇ ਲੈ ਕੇ ਆਏ, ਦੋ ਮੁੰਡੇ ਦਾ ਹਸਪਤਾਲ ਪਏ ਅਸੀਂ ਸਾਡੇ। ਚਲ ਬਾਈ ਜੀ, ਅਜੇ ਮੈਨੂੰ ਹੁਣੇ ਫੋਨ ਆਇਆ ਹੈ ਕਿ ਪਿੰਡ ਤਾਰੇਵਾਲਾ ਦੇ ਰਕਬੇ ਦੇ ਵਿੱਚ ਇੱਕ ਗੁੱਜਰ ਬਰਾਦਰੀ ਬੈਠੀ ਹੈ ਔਰ ਪਿੰਡ ਤਾਰੇਵਾਲੇ ਦੇ ਕੁਝ ਨੌਜਵਾਨ ਨੇ ਉਹ ਜਿਹੜੀ ਅਵਾਰਾ ਪਸ਼ੂ ਹੈ, ਫਿਲਹਾਲ ਹਾਲੇ ਮੈਂ ਪਹੁੰਚਿਆ, ਸਾਰੀ ਇਨਵੈਸਟੀਗੇਸ਼ਨ ਅਜੇ ਮੈਂ ਕਰਨੀ ਹੈ, ਬਟ ਮੁੱਢਲੇ ਤੌਰ 'ਤੇ ਹੁਣੇ 2 ਮਿੰਟ ਦੇ ਵਿੱਚ ਮੈਨੂੰ ਇਹ ਪਤਾ ਲੱਗਾ ਕਿ ਤਾਰੇਵਾਲੇ ਦੇ ਨੌਜਵਾਨ ਉਹ ਅਵਾਰਾ ਗਊਆਂ ਨੂੰ ਇਕੱਠਿਆਂ ਕਰਕੇ ਅਤੇ ਇੱਧਰ ਗਊਸ਼ਾਲਾ ਵਿੱਚ ਛੱਡਣ ਵਾਸਤੇ ਆ ਰਹੇ ਸੀ, ਉਹ ਅਵਾਰਾ ਪਸ਼ੂ ਇੱਕ ਭੱਜ ਕੇ ਗੁੱਜਰਾਂ ਦੇ ਵਾੜੇ ਵਿੱਚ ਵੜ ਗਿਆ, ਉਹਨਾਂ ਦੀ ਤਾਰ ਜੀ ਟੁੱਟ ਗਈ ਉੱਥੋਂ ਜੀ, ਜਿਹਨੂੰ ਲੈ ਕੇ 5-4 ਮੁੰਡੇ ਹੈਗੇ ਨੇ ਤਾਰੇ ਵਾਲੇ ਦੇ ਔਰ 5-4 ਮੁੰਡੇ ਇੱਧਰ ਦੇ ਹੈਗੇ ਨੇ ਗੁੱਜਰ ਬਰਾਦਰੀ ਦੇ 5-7 ਮੁੰਡੇ ਆ, ਇਹ ਆਪਸ ਵਿੱਚ ਉਲਝ ਪਏ ਹੋਏ, ਇਹਨਾਂ ਨੇ ਧੱਕਾ ਮੁੱਕੀ ਕੀਤੀ, ਝਗੜਾ ਕੀਤਾ, ਬਟ ਮੈਂ ਹੁਣ ਮੌਕੇ 'ਤੇ ਆਇਆ, ਮੌਕਾ ਦੇਖਦਾ, ਹਾਲਾਤ ਦੇਖਦਾ,
ਜੋ ਮੌਕਾ ਵਾਰਦਾਤ ਤੇ ਵਧੂ ਵਗੂਏ ਤੇ ਕੋਈ ਜਿਹੜੇ ਬੰਦੇ ਕੋਈ ਸਿਆਣੇ ਕੋਈ ਹਾਜ਼ਰ ਸਨ ਉਹਨਾਂ ਤੋਂ ਪੁੱਛਗਿੱਛ ਕਰਕੇ ਅਸੀਂ ਤੱਤ ਸਭਾ ਮਿਸਰ ਤੇ ਲਾਉਣੇ ਆ ਵੀ ਕੀ ਗੱਲਬਾਤ ਹੈ ਜੀ। ਸਰ ਕੀ ਇਹਨਾਂ ਦੋਨਾਂ ਤਰ੍ਹਾਂ ਦੇ ਵਿੱਚ ਲੜਾਈ ਦੇ ਵਿੱਚ ਕੁਝ ਫੱਟੜ ਵੀ ਹੋਏ ਆ ਕੁਝ ਲੋਕ? ਪਤਾ ਲੱਗਾ ਜੀ, ਕਹਿੰਦੇ ਵੀ ਇੱਕ ਦੇ ਸਿਰ ਦੇ ਸੱਟ ਲੱਗੀ ਹੈ ਦੂਜੇ ਪਾਸੇ ਤੋਂ। ਇਹ ਸੁਭਾਵਿਕ ਹੀ ਹੈ ਜੀ, ਜਦੋਂ ਕੋਈ ਮਾੜਾ ਮੋਟਾ ਝਗੜਾ ਹੋਵੇ ਤੇ ਇੱਕ ਦੂਜੇ ਦੇ ਧੱਕੇ ਮੁੱਕੀ 'ਚ ਸੱਟ ਵੱਜ ਜਾਂਦੀ ਹੈ। ਬਟ ਜੋ ਪੁਲਿਸ ਪ੍ਰਸ਼ਾਸਨ ਹੁਣ ਅਸੀਂ ਆ ਗਏ ਹਾਂ, ਅਸੀਂ ਦੋਹਾਂ ਧਿਰਾਂ ਨੂੰ ਸਮਝਾ ਕੇ ਇੱਥੋਂ ਤੋਰ ਦਿੱਤਾ ਹੈ।